ਹਾਂਜੀ ਦੋਸਤੋ, ਨੌਵੀਂ ਕਲਾਸ ਦਾ ਤੁਹਾਡਾ ਜਿਹੜਾ ਪੰਜਾਬੀ ਏ ਦਾ ਪੇਪਰ ਹੋਣਾ ਫਾਈਨਲ 2024 ਦਾ। ਅੱਜ ਦੀ ਇਸ ਵੀਡੀਓ 'ਚ ਆਪਾਂ ਦੋਸਤੋ ਤੁਹਾਨੂੰ ਇੱਕ ਫੁੱਲ ਸੋਲਵਡ ਇੰਪੋਰਟੈਂਟ ਕੁਸ਼ਚਨ ਵਾਲਾ ਕੁਸ਼ਚਨ ਪੇਪਰ ਕਰਵਾ ਦਿੰਦੇ ਹਾਂ। ਇਸ ਲਈ ਦੋਸਤੋ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ। ਇਸ ਤਰ੍ਹਾਂ ਦਾ ਬਿਲਕੁਲ ਸੇਮ ਤੁਹਾਡੇ ਪੇਪਰ ਦਾ ਪੈਟਰਨ ਆਊਗਾ। ਹੋ ਸਕਦਾ ਦੋਸਤੋ ਇਸ ਵਿੱਚੋਂ ਤੁਹਾਡੇ ਪੇਪਰ 'ਚ ਬਹੁਤ ਸਾਰੇ ਕੁਸ਼ਚਨ ਆਂਸਰ ਵੀ ਆ ਜਾਣ। ਇਸ ਲਈ ਦੋਸਤੋ ਨਾਲ ਦੀ ਨਾਲ ਕੁਸ਼ਚਨ ਆਂਸਰ ਨੂੰ ਯਾਦ ਕਰ ਲਿਓ। ਬਾਕੀ ਜੇਕਰ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਨੋਟੀਫਿਕੇਸ਼ਨ ਸੈੱਟ ਕਰ ਲਿਓ। ਅੱਗੇ ਵੀ ਤੁਹਾਡੇ ਸਾਰੇ ਪੇਪਰਾਂ ਦਾ ਰਿਵੀਜ਼ਨ ਕਰਵਾ ਹੀ ਰਹੇ ਹਾਂ। ਹਾਂਜੀ, ਅਤੇ ਹਾਂਜੀ ਦੋਸਤੋ, ਪੇਪਰ ਤੁਹਾਡਾ 65 ਨੰਬਰਾਂ ਦਾ ਹੋਊਗਾ। 3 ਘੰਟੇ ਦਾ ਟਾਈਮ ਹੋਵੇਗਾ। ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਵੇ ਸੁੰਦਰ ਲਿਖਾਈ ਦੇ 5 ਨੰਬਰ ਹੋਣਗੇ ਅਤੇ ਦੂਜੇ ਕੁਸ਼ਚਨ ਵਿੱਚ ਆਪਾਂ ਲਵੇ 2-2 ਨੰਬਰ ਵਾਲੇ ਕੁਸ਼ਚਨ ਆਂਸਰ ਆਉਣਗੇ ਦੋਸਤੋ। ਜਿਵੇਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਨ ਉੱਤਰ, ਕਵਿ ਭਗਤ ਨੂੰ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈਗੀ, ਇਹ ਲਿਖੀ ਹੋਈ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ। ਅਗਲਾ ਕੁਸ਼ਚਨ ਆਪਾਂ ਲਵੇ ਦੋਸਤੋ, ਅਹਿਦਨਾਮਾ ਕਵਿਤਾ ਵਿੱਚ ਕਾਹਦੀ ਕਾਲੀ ਰਾਤ ਹੈ? ਹਾਂਜੀ ਦੋਸਤੋ, ਨਫ਼ਰਤ ਦੀ। ਅਗਲਾ ਕੁਸ਼ਚਨ ਹੈ, ਅਤੇ ਹਾਂਜੀ ਦੋਸਤੋ ਆਪਾਂ ਨੂੰ ਵਟਸਐਪ ਚੈਨਲ 'ਤੇ ਵੀ ਜੁਆਇਨ ਕਰ ਲਿਓ, ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਲਿਓ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ। ਅਗਲਾ ਕੁਸ਼ਚਨ ਹੈ, ਵਹਿਮੀ ਤਾਇਆ ਲੇਖ ਅਨੁਸਾਰ ਦੁਨੀਆ ਵਿੱਚ ਕਿਹੜੀ ਬਿਮਾਰੀ ਦਾ ਇਲਾਜ ਨਹੀਂ ਹੈ? ਹਾਂਜੀ ਦੋਸਤੋ, ਵਹਿਮ ਦਾ ਇਲਾਜ ਨਹੀਂ ਹੈਗਾ। ਅਗਲਾ ਕੁਸ਼ਚਨ ਹੈ, ਤਾਇਆ ਮਨਸਾ ਰਾਮ ਕਿਹੜੇ ਕੀਮ ਦਾ ਨਾਂ ਲੈਂਦਾ ਹੈ? ਕਰਤਾਰ ਚੰਦ ਦਾ, ਠੀਕ ਹੈ। ਅਗਲਾ ਕੁਸ਼ਚਨ ਹੈ, ਪਾਂਡੇ ਨੇ ਕਿਸ ਦੇ ਜਲਦੀ ਵਿਆਹ ਜਾਣ ਦੀ ਗੱਲ ਕਰੀ ਸੀ? ਹਾਂਜੀ ਦੋਸਤੋ, ਇਹਦਾ ਆਂਸਰ ਹੈ ਮੂਲੇ ਦੀ, ਠੀਕ ਹੈ। ਕੁਸ਼ਚਨ ਹੈਗਾ, ਜੋਤੀ ਕਿਸ ਗੱਲ ਕਰਕੇ ਮੰਤਰੀ ਦੇ ਹਾਰ ਪਾਉਣ ਲਈ ਚੁਣਿਆ ਗਿਆ ਸੀਗਾ ਲਾਇਕ ਹੋਣ ਕਰਕੇ? ਅਗਲਾ ਕੁਸ਼ਚਨ ਹੈ, ਜਿੰਦਾ ਕਿਸ ਦਾ ਪੁੱਤਰ ਹੈ? ਸੁੰਦਰ ਅਤੇ ਸੰਤੀ ਦਾ, ਠੀਕ ਹੈ। ਅਗਲਾ ਹੈਗਾ, ਕੌਣ ਚੰਗਾ ਗਾਉਂਦਾ ਸੀ? ਬਸ਼ੀਰਾ। ਹਾਂਜੀ ਦੋਸਤੋ, ਬਸ਼ੀਰਾ ਗਾਉਂਦਾ ਸੀ, ਠੀਕ ਹੈ, ਚੰਗਾ। ਬੰਤੇ ਨੇ ਕਰਜ਼ਾ ਕਿਸ ਕੰਮ ਦੇ ਲਈ ਲਿਆ ਸੀਗਾ? ਭੈਣਾਂ ਦੇ ਵਿਆਹ ਦੇ ਲਈ ਲਿਆ ਸੀ ਕਰਜ਼ਾ। ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸੀਗੇ? ਮਾਮੇ ਨੇ। ਹਾਂਜੀ ਦੋਸਤੋ, ਇਸ ਤੋਂ ਗਿਆ ਆਪਣਾ ਤੀਜਾ ਕੁਸ਼ਚਨ ਆ ਗਿਆ ਹੇਠ ਲਿਖੇ ਕਾਵਿ ਟੋਟਿਆਂ ਵਿੱਚੋਂ ਕਿਸੇ ਇੱਕ ਆਪਣਾ ਪ੍ਰਸੰਗ ਸਾਹਿਤ ਵਿਆਖਿਆ ਕਰਨੀ ਹੈ ਕਿਸੇ ਇੱਕ ਕਾਵਿ ਟੋਟੇ ਦੀ। ਜਿਵੇਂ ਤੁਸੀਂ ਦੇਖ ਸਕਦੇ ਹੋ, ਪਹਿਲਾ ਹੈਗਾ ਆਪਣਾ ਪਿਛਲੇ ਵਰਿਆਵਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਹਾਂਜੀ ਦੋਸਤ, ਇਹਦਾ ਆਪਾਂ ਕਰ ਦਿੰਦੇ ਹਾਂ, ਪਹਿਲਾਂ ਤਾਂ ਪ੍ਰਸੰਗ ਕਰ ਦਿੰਦੇ ਹਾਂ। ਇਹ ਕਾਵਿ ਟੋਟਾ ਪੰਜਾਬੀ ਦੀ ਸਾਹਿਤ ਮਾਲਾ, ਆਪਣਾ ਨੌਵੀਂ ਜਿਹੜੀ ਸਾਹਿਤ ਮਾਲਾ ਪਾਠ ਪੁਸਤਕ ਆ, ਉਸ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਾਂ ਆਪਣਾ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਦੇ ਵਿਅੰਗ ਆਪਣਾ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਅਜੋਕੇ ਸਮੇਂ ਸਾਡੇ ਗੱਭਰੂ ਪਰਛਾਵਿਆਂ ਵਰਗੇ ਬਲਹੀਣ ਬਣ ਗਏ ਹਨ। ਇਸ ਤੋਂ ਇਹਦੀ ਵਿਆਖਿਆ ਕਰਦੇ ਹਾਂ। ਕਵੀ ਕਹਿੰਦਾ ਹੈ ਕਿ ਪੁਰਾਤਨ ਸੱਭਿਅਤਾ ਵਿੱਚ ਬਹਾਦਰ ਸੂਰਮੇ ਗੱਭਰੂਆਂ ਦੇ ਨਾਂ ਸੁਣਨ ਲਈ ਮਿਲਦੇ ਹਨ, ਪਰ ਅੱਜ ਕੱਲ੍ਹ ਦੇ ਗੱਭਰੂ ਤਾਂ ਸਿਰਫ ਪਰਛਾਵਿਆਂ ਵਰਗੇ ਹੀ ਦਿਖਾਈ ਦਿੰਦੇ ਹਨ। ਅਜੋਕੇ ਗੱਭਰੂ ਤਾਂ ਚਾਰ ਕਦਮ ਤੁਰਨਯੋਗ ਵੀ ਨਹੀਂ ਰਹੇ। ਜੇਕਰ ਉਹਨਾਂ ਨੂੰ ਖੇਤ ਦਾ ਕੁਝ ਪੈਂਡਾ ਤੁਰਨਾ ਪੈ ਜਾਵੇ ਤਾਂ ਫਿਰ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਹ ਅੰਦਰੋਂ ਹੀ ਇੰਨੇ ਕਮਜ਼ੋਰ ਹੋ ਗਏ ਹਨ ਕਿ ਮੂੰਗੀ ਦੀ ਦਾਲ ਨਹੀਂ ਪਚ ਸਕਦੀ। ਅਜੋਕੇ ਸੱਭਿਅਤਾ ਨੇ ਭਾਰਤ ਦੇ ਪੁਰਾਣੇ ਪਹਿਰਾਵੇ ਨੂੰ ਵੀ ਅਲੋਪ ਕਰ ਦਿੱਤਾ ਹੈ। ਇੰਝ ਲੱਗਦਾ ਹੈ ਕਿ ਸਾਡੇ ਲਿਬਾਸ ਉੱਪਰ ਕੋਈ ਬਿਜਲੀ ਟੁੱਟ ਪਈ ਹੋਵੇ। ਅੱਜ ਕੱਲ੍ਹ ਤਾਂ ਕੁੜੀਆਂ ਨੇ ਵੀ ਆਪਣੇ ਵਾਲ ਕਟਵਾ ਕੇ ਪੱਛਮੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਧਾਰਨ ਕਰ ਲਿਆ ਹੈ। ਕਵੀ ਲਿਖਦਾ ਹੈ ਕਿ ਨਵੀਂ ਸੱਭਿਅਤਾ ਨਹੀਂ, ਸਗੋਂ ਭਾਰਤ ਦੇ ਮੱਥੇ ਉੱਪਰ ਲੱਗਿਆ ਹੋਇਆ ਬਦਨਾਮੀ ਦਾ ਟੀਕਾ ਹੈ, ਕਿਉਂਕਿ ਇਸ ਤੋਂ ਪਤਾ ਲੱਗਦਾ ਰਹਿੰਦਾ ਹੈ ਕਿ ਭਾਰਤ ਕਿਸੇ ਸਮੇਂ ਪੱਛਮ ਦਾ ਗੁਲਾਮ ਰਿਹਾ ਹੈ। ਜਾਂ ਫਿਰ ਦੋਸਤੋ ਆਪਣਾ ਵੀ ਆਪਸ਼ਨ ਵਿੱਚ ਇਹ ਹੈਗਾ, ਗਾਓ ਢੋਲੇ ਯਾਰ ਖੁੱਲ੍ਹ ਵਿੱਚ ਬੇਸ਼ੱਕ ਹੁਣ ਵਜਾਓ ਅਲਗੋਜ਼ੇ ਪੋਠੇਹਾਰ ਦੇ, ਠੀਕ ਹੈ। ਪਹਿਲਾਂ ਇਹਦਾ ਪ੍ਰਸੰਗ ਕਰਦੇ ਹਾਂ। ਇਹ ਕਾਵਿ ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਪ੍ਰੋਫੈਸਰ
ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਜਵਾਨ ਪੰਜਾਬ ਦੇ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫਤ ਖੁੱਲ੍ਹੇ ਡੁੱਲੇ ਸੁਭਾਅ ਵਾਲੇ ਪਿਆਰ ਨਾਲ ਗੁਲਾਮੀ ਕਰਨ ਵਾਲੇ ਕੁਰਬਾਨੀ ਦੇ ਪੁਤਲੇ ਅੱਖੜ ਖਾਂਦ ਆਪਣਾ ਸਤਿਗੁਰਾਂ ਦੇ ਆਜ਼ਾਦ ਕੀਤੇ, ਠੀਕ ਹੈ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਮੌਜ ਨਾਲ ਰਹਿਣ ਅਤੇ ਖੁਸ਼ੀਆਂ ਦਾ ਆਨੰਦ ਲੈਣ। ਇਸ ਤੋਂ ਇਹਦੀ ਵਿਆਖਿਆ ਕਿਵੇਂ ਦੋਸਤੋ? ਕਵੀ ਕਹਿੰਦਾ ਹੈ ਕਿ ਪੰਜਾਬੀ ਦੇ ਜੀਵਨੋਂ ਤੁਸੀਂ ਹੁਣ ਬੇਸ਼ੱਕ ਪੂਰੀ ਖੁੱਲ੍ਹ ਮਾਣਦੇ ਹੋ, ਢੋਲੇ ਗਾਓ ਅਤੇ ਪੋਠੋ ਹਾਰ ਦੇ ਅਲਗੋਜ਼ੇ ਵਜਾ ਕੇ ਖੁਸ਼ੀਆਂ ਮਨਾਓ। ਇਸ ਖੁਸ਼ੀ ਨੂੰ ਵਧਾਉਣ ਲਈ ਕਵਿਤਾ ਜੋੜ ਜੋੜ ਕੇ ਗਾਓ, ਗੁਲਾਲ ਦੇ ਰੰਗ ਉਡਾਓ ਅਤੇ ਦਿਲ ਦੀਆਂ ਮੌਜਾਂ ਮਾਣੋ। ਤੁਹਾਨੂੰ ਆਲਬੇਲੀਆਂ ਅਤੇ ਬੇਪਰਵਾਹ ਜਵਾਨੀਆਂ ਰੱਬ ਨੇ ਦਿੱਤੀਆਂ ਹਨ, ਤੁਸੀਂ ਆਪਣੇ ਦਿਲਾਂ ਦੀਆਂ ਮੌਜਾਂ ਮਾਣਦੇ ਰਹੋ ਹੋ। ਇਹਨਾਂ ਵਿੱਚੋਂ ਦੱਬੀਆਂ ਪ੍ਰੀਤ ਦੀਆਂ ਮੁੱਢ ਕਦੀਮਾਂ ਦੀਆਂ ਪੀੜਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰੋ। ਇਸ ਤੋਂ ਅੱਗੇ ਪ੍ਰਸ਼ਨ ਚੌਥਾ ਹੈਗਾ, ਹੇਠ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾ। ਆਪਣੇ ਦੋਸਤੋ ਜਵਾਨ ਪੰਜਾਬ ਦੇ ਪ੍ਰੋਫੈਸਰ ਪੂਰਨ ਸਿੰਘ ਜਾਂ ਫਿਰ ਸਮਾਂ ਭਾਈ ਵੀਰ ਸਿੰਘ, ਦੋਨਾਂ 'ਚ ਇੱਕ ਕਰਦੇ ਹਾਂ, ਦੋਨੇ ਕਰਵਾ ਦਾਂ ਤੁਹਾਨੂੰ ਆਪਾਂ ਤਾਂ ਪੰਜਾਬ ਦੇ ਨੌਜਵਾਨ ਬੇਪਰਵਾਹ ਅਲਬੇਲੇ ਮਰਜ਼ੀ ਦੇ ਮਾਲਕ ਪਿਆਰ ਦੀ ਗੁਲਾਮੀ ਕਰਨ ਵਾਲੇ ਅਤੇ ਖੁੱਲ੍ਹੇ ਡੁੱਲੇ ਜਾਂ ਫਿਰ ਖੁੱਲ੍ਹ ਡੁੱਲ ਪਸੰਦ ਕਰਦੇ ਨੇ, ਉਹਨਾਂ ਦੇ ਸੁਭਾਅ ਵਿੱਚ ਇਹ ਗੁਣ ਗੁਰੂ ਸਾਹਿਬਾਂ ਦੀ ਬਖਸ਼ਿਸ਼ ਨਾਲ ਪੈਦਾ ਹੋਏ ਹਨ। ਉਹ ਲੜਾਈ ਪੜ੍ਹਾਈ ਤੋਂ ਦੂਰ ਤੁਰ ਕੇ ਲੰਮੇ ਪੈਂਡੇ ਤੈਅ ਕਰਨ ਨੂੰ ਵੀ ਮਾਮੂਲੀ ਗੱਲ ਹੀ ਸਮਝਦੇ ਨੇ। ਹਾਂਜੀ ਦੋਸਤੋ, ਜਾਫਰ ਆਪਸ਼ਨ ਵਿੱਚ ਆਪਣੇ ਵੀ ਸਮਾਂ ਭਾਈ ਵੀਰ ਸਿੰਘ, ਸਮੇਂ ਦਾ ਸੁਭਾਅ ਹਮੇਸ਼ਾ ਚੱਲਦਾ ਰਹਿਣ ਵਾਲਾ ਹੈ, ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ, ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਹੀ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ। ਇਸ ਤੋਂ ਅੱਗੇ ਪ੍ਰਸ਼ਨ ਪੰਜਵਾਂ, ਕਿਸੇ ਇੱਕ ਲੇਖ ਦਾ ਸਾਰ ਲਿਖਣਾ। ਆਪਣੇ ਸੁਲਤਾਨਪੁਰ ਨੂੰ ਤਿਆਰੀ ਜਾਂ ਫਿਰ ਢੋਲ ਢਮਕਾ ਦੋਨੋਂ 'ਚ ਇੱਕ ਕਰ ਸਕਦੇ ਹੋ। ਇਸ ਤੋਂ ਅੱਗੇ ਛੇਵਾਂ ਪ੍ਰਸ਼ਨ ਹੈ, ਕੋਈ ਦੋ ਪ੍ਰਸ਼ਨ ਦੇ ਉੱਤਰ ਲਿਖੋ। ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ ਕਰਮ ਕੀ ਸੀ? ਇਹਦਾ ਆਂਸਰ ਹੈ, ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਨੂੰ ਹਰ ਰੋਜ਼ ਸੰਗਤ ਨਾਲ ਲੰਗਰ ਪ੍ਰਸ਼ਾਦ ਛਕਦੇ ਸਨ, ਠੀਕ ਹੈ, ਰਾਤ ਨੂੰ ਸਭ ਨਾਲ ਮਿਲ ਕੇ ਕੀਰਤਨ ਕਰਦੇ ਸਨ। ਇੱਕ ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ। ਜਦੋਂ ਸਵੇਰ ਹੁੰਦੀ ਤਾਂ ਫਿਰ ਉਹ ਕੱਪੜੇ ਪਾ ਕੇ ਅਤੇ ਤਿਲਕ ਲਗਾ ਕੇ ਦਫ਼ਤਰ ਵਿੱਚ ਮੋਦੀਖਾਨੇ ਦਾ ਹਿਸਾਬ ਲਿਖਣ ਲਈ ਬੈਠ ਜਾਂਦੇ ਸਨ। ਦੂਜਾ ਆਪਣੇ ਲਈ ਪ੍ਰਸ਼ਨ ਹੈ, ਪਤੀ ਪਤਨੀ ਦਾ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ? ਜੇਕਰ ਪਤੀ ਪਤਨੀ ਆਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ ਅਤੇ ਹਾਸਿਆਂ ਅਤੇ ਖੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ। ਹਾਂਜੀ ਦੋਸਤੋ, ਅਗਲਾ ਕੁਸ਼ਚਨ ਹੈ ਕਿ ਖੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ? ਖੁਸ਼ੀ ਮਨ ਦੀ ਅਵਸਥਾ ਹੁੰਦੀ ਹੈ, ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ ਹੈ। ਅਜਿਹੀ ਅਵਸਥਾ ਪੈਦਾ ਕੀਤੀ ਜਾ ਸਕਦੀ ਹੈ, ਵਿਕਸਿਤ ਕੀਤੀ ਜਾ ਸਕਦੀ ਹੈ। ਜਨਮ ਤੋਂ ਹੀ ਕਿਸੇ ਮਨੁੱਖ ਨੂੰ ਖੁਸ਼ੀ ਨਹੀਂ ਮਿਲਦੀ, ਖੁਸ਼ੀਆਂ ਪੈਦਾ ਕਰਨ ਲਈ ਮੌਕੇ ਪੈਦਾ ਕਰਨੇ ਪੈਂਦੇ ਨੇ ਅਤੇ ਹਉਮੈ ਦਾ ਤਿਆਗ ਕਰਨਾ ਪੈਂਦਾ ਹੈ। ਅਗਲਾ ਹੈਗਾ, ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁਝ ਕੀਤਾ? ਹਾਂਜੀ ਦੋਸਤੋ, ਇਹਦਾ ਆਂਸਰ ਆਜੂਗਾ, ਜੈਰਾਮ ਨੇ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਹੈਰਾਨ ਰਹਿੰਦੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਤਾਂ ਉਸਨੇ ਉਹਨਾਂ ਨੂੰ ਚਿੱਠੀ ਲਿਖ ਕੇ ਸੁਲਤਾਨਪੁਰ ਬੁਲਾ ਲਿਆ ਅਤੇ ਫਿਰ ਨਵਾਬ ਦੌਲਤ ਖਾਨ ਦੇ ਦਰਬਾਰ ਵਿੱਚ ਪੇਸ਼ ਕਰਕੇ ਉਹਨਾਂ ਨੂੰ ਨਵਾਬ ਦੀ ਆਗਿਆ ਨਾਲ ਮੋਦੀਖਾਨੇ ਵਿੱਚ ਨੌਕਰੀ ਉੱਤੇ ਲਗਵਾ ਦਿੱਤਾ।
ਅਗਲਾ ਸੱਤਵਾਂ ਕੁਸ਼ਚਨ ਹੈ, ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ। ਆਪਣੇ ਮੁਰਕੀਆਂ ਕਹਾਣੀਕਾਰ ਨੌਰੰਗ ਸਿੰਘ ਇਹ ਕਰਵਾ ਦੇਣਾ ਤੁਹਾਨੂੰ ਆਪਾਂ। ਇਹ ਕਿਵੇਂ ਦੋਸਤੋ, ਕਰੀਮੂ ਅਤੇ ਰਹੀਮੂ ਦੋਵੇਂ ਭਰਾਵਾਂ ਦੀ ਉਮਰ 16 ਤੋਂ 14 ਸਾਲ ਦੀ ਸੀ, ਜਦੋਂ ਕਿ ਉਹਨਾਂ ਦਾ ਐਬੀ ਪਿਤਾ ਜੂਏ ਵਿੱਚ ਘਰ ਦੇ ਸਾਰੇ ਪਸ਼ੂ ਡੰਗਰ ਅਤੇ ਜ਼ਮੀਨ ਹਾਰ ਕੇ ਮਰ ਚੁੱਕਾ ਸੀ। ਹਾਂਜੀ ਦੋਸਤੋ, ਬਾਕੀ ਤੁਸੀਂ ਪੜ੍ਹ ਲਿਓ, ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆਪਾਂ ਸਾਰਾ ਇਹ ਜਿਹੜਾ ਤੁਹਾਡਾ ਸਾਰ ਹੈਗਾ। ਅਤੇ ਜਾਂ ਫਿਰ ਆਪਸ਼ਨ ਵਿੱਚ ਆਪਣੇ ਬਸ਼ੀਰਾ, ਇਹ ਤੁਸੀਂ ਆਪਣੀ ਕਾਪੀ 'ਚ ਯਾਦ ਕਰ ਸਕਦੇ ਹੋ ਜਾਂ ਫਿਰ ਬੁੱਕ 'ਚੋਂ। ਅਗਲਾ ਅੱਠਵਾਂ ਕੁਸ਼ਚਨ ਹੈ, ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਲਿਖਣੇ ਨੇ ਆਪਾਂ ਨੇ। ਤ੍ਰਿਤ ਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ? ਹਾਂਜੀ ਦੋਸਤੋ, ਇਹਦਾ ਆਂਸਰ ਆਊਗਾ ਤ੍ਰਿਕਾਲਾਂ ਨੂੰ। ਜੁਗਲ ਪ੍ਰਸ਼ਾਦ ਦਾ ਸਾਰਾ ਪਰਿਵਾਰ ਜੋਤੀ ਦੇ ਸਮਾਗਮ ਵਿੱਚ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਜੋ ਉਹ ਉਸ ਦੇ ਮੂੰਹੋਂ ਸਮਾਗਮ ਵਿੱਚ ਪ੍ਰਾਪਤ ਹੋਏ ਮਾਣ ਨੂੰ ਵਿਸਤਾਰ ਨਾਲ ਸੁਣ ਸਕਣ। ਦੂਜਾ ਹੈਗਾ ਮਤਲਬ ਕੁਸ਼ਚਨ, ਬੱਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ ਸਾਂਝਾ ਕੀਤਾ ਸੀਗਾ? ਇਹਦਾ ਆਂਸਰ ਆਜੂਗਾ, ਬੱਸ ਕੰਡਕਟਰ ਅਜੀਤ ਨੇ ਪਾਲੀ ਨਾਲ ਆਪਣੇ ਦਿਲ ਦਾ ਰਾਜ ਸਾਂਝਾ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਵਿੱਚ ਪੜ੍ਹਦੀ ਸੀ। ਹੱਲਿਆਂ ਵੇਲੇ ਉਹ ਸਾਰੇ ਟੱਬਰ ਸਮੇਤ ਮਾਰੀ ਗਈ। ਉਹ ਰੁੜਦਾ ਖੁੜਦਾ ਇੱਧਰ ਆ ਗਿਆ, ਪੜ੍ਹਾਈ ਨਾ ਹੋਣ ਕਰਕੇ ਉਹ ਕੰਡਕਟਰ ਬਣ ਗਿਆ ਅਤੇ ਉਸਨੂੰ ਪਾਲੀ ਦਾ ਬੈਗ ਅਤੇ ਟੂਟੀਆਂ ਦੇਖ ਕੇ ਆਪਣੀ ਭੈਣ ਅਮਰਜੀਤ ਯਾਦ ਆ ਗਈ, ਇਸ ਕਰਕੇ ਉਹ ਉਸ ਨਾਲ ਇੰਨਾ ਮੋਹ ਰੱਖਦਾ ਹੈ। ਇਸ ਤੋਂ ਅੱਗੇ ਤੀਜਾ ਪ੍ਰਸ਼ਨ ਹੈ, ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਕਿਉਂ ਦਿੱਤੀ? ਜਦੋਂ ਇੱਕ ਮਹੀਨੇ ਬਾਅਦ ਇਮਤਿਹਾਨ ਹੋਇਆ ਤਾਂ ਫਿਰ ਜੁਗਲ ਪ੍ਰਸ਼ਾਦ ਦਾ ਪੁੱਤਰ ਜੋਤੀ ਇਮਤਿਹਾਨ ਵਿੱਚ ਸਾਰੇ ਜਮਾਤੀਆਂ ਨਾਲੋਂ ਅਵਲ ਰਿਹਾ, ਇਸ ਕਰਕੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਅਜਿਹੇ ਹੋਣਹਾਰ ਪੁੱਤਰ ਦਾ ਪਿਤਾ ਹੋਣ 'ਤੇ ਵਧਾਈ ਦਿੱਤੀ। ਅਗਲਾ ਆਪਣਾ ਚੌਥਾ ਪ੍ਰਸ਼ਨ ਹੈ, ਹਸਪਤਾਲ ਵਿੱਚ ਕਿਹੜੀ ਗੱਲ ਪਾਲੀ ਨੂੰ ਬੇਚੈਨ ਕਰ ਰਹੀ ਸੀ? ਹਾਂਜੀ ਦੋਸਤੋ, ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਪਹਿਚਾਨੀ ਸੀ ਕਿ ਬੱਸ ਕੰਡਕਟਰ ਜੀਤ ਕਿਸ ਤਰ੍ਹਾਂ ਆਪਣੀ 60 ਰੁਪਏ ਦੀ ਤਨਖਾਹ ਵਿੱਚੋਂ ਉਸ ਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਉਹ ਸੋਚ ਰਹੀ ਸੀ ਕਿ ਉਹ ਹੋ ਸਕਦਾ ਹੈ ਉਸ ਨੂੰ ਕਿਸੇ ਦਿਨ ਰੋਟੀ ਤੋਂ ਬਿਨਾਂ ਹੀ ਰਹਿਣਾ ਪੈਂਦਾ ਹੋਵੇ। ਇਸ ਤੋਂ ਆਪਣਾ ਨਵਾਂ ਕੁਸ਼ਚਨ ਆ ਗਿਆ, ਕਿਸੇ ਇੱਕ ਪਾਤਰ ਦਾ ਪਾਤਰ ਚਿਤਰਨ ਕਰਨਾ, ਸੱਜਣ ਦਾ ਪਾਤਰ ਚਿਤਰਨ ਕਰ ਦੇਣਾ ਆਪਾਂ। ਇਹ ਕਿਵੇਂ ਦੋਸਤੋ, ਜਾਣ ਪਛਾਣ ਕਰਨਾ ਪਹਿਲਾਂ ਤਾਂ ਆਪਾਂ, ਉਹ ਕੌਣ ਸੀਗਾ? ਪਰਤ ਆਉਣ ਤੱਕ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ, ਠੀਕ ਹੈ, ਸੱਜਣ ਅਤੇ ਬਜ਼ੁਰਗ ਪੰਜਾਬ ਉਸਦਾ ਪਿਤਾ ਹੈ ਅਤੇ ਉਸ ਦੀ ਪਤਨੀ ਦਾ ਨਾਂ ਕਰਤਾਰੀ ਅਤੇ ਪੁੱਤਰ ਦਾ ਨਾਂ ਗੁਰਦੀਪ ਦੀਪਾ ਯਾਨੀ ਕਿ ਹੈ, ਠੀਕ ਹੈ। ਉਸਦੇ ਛੋਟੇ ਭਰਾ ਦਾ ਨਾਂ ਸੁੰਦਰ ਹੈ ਅਤੇ ਉਹ ਪਿੰਡ ਵਿੱਚ ਰਹਿ ਕੇ ਖੇਤੀ ਦਾ ਕੰਮ ਕਰਦਾ ਹੈ, ਠੀਕ ਹੈ। ਅਗਲਾ ਪੁਆਇੰਟ ਹੈ, ਘਰ ਵਿਚਲੇ ਕਲੇਸ਼ ਕਰਕੇ ਦੁਖੀ। ਉਹ ਘਰ ਵਿੱਚ ਕਲੇਸ਼ ਹੋਣ ਕਰਕੇ ਦੁਖੀ ਰਹਿੰਦਾ ਸੀਗਾ, ਜੋ ਕਿ ਕਲੇਸ਼ ਉਸ ਪਤਨੀ ਕਰਤਾਰੀ ਅਤੇ ਛੋਟੇ ਭਰਾ ਸੁੰਦਰ ਦੀ ਪਤਨੀ ਸੰਤੀ ਦੇ ਆਪਸ ਝਗੜੇ ਵਿੱਚ ਕਾਰਨ ਹੋਇਆ ਸੀ, ਅਤੇ ਇਸ ਲਈ ਉਹ ਆਪਣੀ ਪਤਨੀ ਕਰਤਾਰੀ ਨੂੰ ਕਲੇਸ਼ ਲਈ ਜ਼ਿੰਮੇਵਾਰ ਮੰਨਦਾ ਹੋਇਆ ਹਰ ਸਮੇਂ ਸੰਤੀ ਵਿਰੁੱਧ ਗੱਲਾਂ ਕਰਨ ਤੋਂ ਵਰਜਦਾ ਸੀ ਜਾਂ ਫਿਰ ਹੈ। ਇਸ ਤੋਂ ਅਗਲਾ ਪੁਆਇੰਟ ਕਿਵੇਂ ਲਿਖਾਂਗੇ, ਪੱਖਪਾਤ ਨਾ ਰੱਖਣ ਵਾਲਾ, ਠੀਕ ਹੈ, ਸਮਝਦਾਰ ਸੀਗਾ ਉਹ ਅਤੇ ਗਰਮ ਅਤੇ ਸਖਤ ਸੁਭਾਅ ਵਾਲਾ ਸੀਗਾ, ਠੀਕ ਹੈ, ਸਾਰੇ ਪੁਆਇੰਟ ਨੇ ਇਹਨਾਂ ਦੇ। ਇਸ ਤੋਂ ਆਪਣੇ ਪਿਤਾ ਦਾ ਖਿਆਲ ਰੱਖਣ ਵਾਲਾ ਸੀਗਾ, ਸਥਿਤੀ ਅਨੁਸਾਰ ਚੱਲਣ ਵਾਲਾ, ਇਹ ਤੁਸੀਂ ਕਰ ਲਿਓ। ਫਿਰ ਆਪਸ਼ਨ 'ਚ ਦੋ ਆਉਣਗੇ, ਦੋਨਾਂ 'ਚ ਇੱਕ ਕਰ ਸਕਦੇ ਹੋ, ਸਾਰੇ ਪੜ੍ਹ ਲਿਓ ਧਿਆਨ ਨਾਲ। ਅਗਲਾ ਹੈ ਦਸਵਾਂ ਕੁਸ਼ਚਨ, ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ। ਹਾਂਜੀ ਦੋਸਤੋ, ਵਾਰਤਾਲਾਪ ਆਜੂਗੀ ਵੀ ਕੋਈ ਆਪਸ 'ਚ ਜਿਵੇਂ ਗੱਲਾਂ ਕਰ ਰਿਹਾ ਜਾਂ
ਕੋਈ ਕਵਿਤਾ ਕਹਾਣੀ ਵਿੱਚੋਂ ਤੁਹਾਨੂੰ ਇਹ ਦੋ ਤਿੰਨ ਲਾਈਨਾਂ ਪਾ ਦੇਣਗੇ ਵੀ ਕਿਹੜੀ ਕਹਾਣੀ 'ਚ ਉਹਨੇ ਅਤੇ ਕੌਣ ਕਿਸ ਨੂੰ ਕੀ ਕਹਿ ਰਿਹਾ। ਠੀਕ ਹੈ, ਇਸ ਵਿੱਚ ਜਿਵੇਂ ਪਹਿਲਾ ਪ੍ਰਸ਼ਨ ਹੈ ਇਹ ਸ਼ਬਦ ਕਿਸ ਇਕਾਂਗੀ ਦੇ ਨੇ, ਇਹ ਹੈਗੇ ਨੇ ਸਿਰਜਣਾ ਇਕਾਂਗੀ ਦੇ। ਅਗਲਾ ਹੈਗਾ ਮਤਲਬ ਇਹ ਪਾਲੀ ਭੁਪਿੰਦਰ ਸਿੰਘ, ਹਾਂਜੀ ਦੋਸਤੋ ਇਕਾਂਗੀ ਦਾ ਲੇਖਕ ਕੌਣ ਹੈ? ਪਾਲੀ ਭੁਪਿੰਦਰ ਸਿੰਘ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀਗੇ? ਕੁਲਦੀਪ ਨੇ ਆਪਣੀ ਪਤਨੀ ਸਿਰਜਣਾ ਨੂੰ ਕਹੇ ਸੀਗੇ। ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਈਫੋਨ ਤੋਂ ਨਾਰਾਜ਼ ਕਿਉਂ ਸੀ? ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਚੱਲ ਰਹੀ ਹੋਣ ਕਰਕੇ ਕੁਲਦੀਪ ਆਪਣੀ ਪਤਨੀ ਨੂੰ ਬੀਜੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ? ਬੱਚੇ ਦਾ ਲਿੰਗ ਪਤਾ ਕਰਨ ਲਈ, ਅਲਟਰਾਸਾਊਂਡ ਕਰਵਾਉਣ ਲਈ ਵਾਲੀ ਗੱਲ ਆਖਦਾ। ਠੀਕ ਹੈ, ਜਾਂ ਫਿਰ ਆਪਸ਼ਨ ਵਿੱਚ ਆਪਣਾ ਇਹ ਹੈ, ਖਬਰਦਾਰ ਹਿੱਲੇ ਮੱਤ ਮੈਂ ਇੰਸਪੈਕਟਰ ਦੀਪ ਚੰਦ, ਹਿੱਲੋ ਮੱਤ, ਅਤੇ ਹਵਲਦਾਰ ਜਾਣੇ ਨਾ ਪਾਏ ਮੁਲਾਜ਼ਮ। ਠੀਕ, ਮੁਲਾਜ਼ਮ ਇਹ ਵਾਰਤਾਲਾਪ ਕਿਹੜੀ ਇਕਾਂਗੀ 'ਚ ਨੇ? ਇਹ ਹੈਗੇ ਨੇ ਮਨ ਆਪਣਾ ਮਨਧਾਰੀ ਵਿੱਚੋਂ। ਅਤੇ ਇਹ ਇਕਾਂਗੀ ਕਿਸ ਦੀ ਰਚਨਾ ਗਈ? ਈਸ਼ਵਰ ਚੰਦਰ ਨੰਦਾ ਦੇ। ਠੀਕ ਹੈ, ਹਵਾਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ? ਮੁਲਾਜ਼ਮ ਇੱਥੇ ਮੁਲਾਜ਼ਮ ਨੂੰ ਭੱਜਣ ਤੋਂ ਰੋਕਣ ਲਈ। ਅਗਲਾ ਹੈਗਾ ਜਾਣੇ ਨਾ ਪਾਏ ਮੁਲਾਜ਼ਮ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਇੰਸਪੈਕਟਰ ਦੀਪ ਚੰਦ ਨੇ ਹਵਾਲਦਾਰ ਨੂੰ ਕਹੇ ਸੀਗੇ। ਅਤੇ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ? ਰਿਵਾਲਵਰ ਤਾਣ ਕੇ। ਠੀਕ ਹੈ, ਇਸ ਤੋਂ ਅੱਗੇ ਆਪਣੇ ਨੂੰ 11ਵਾਂ ਪ੍ਰਸ਼ਨ ਆ ਗਿਆ, ਕਿਸੇ 5 ਪ੍ਰਸ਼ਨ ਦੇ ਉੱਤਰ ਲਿਖੋ। ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ ਸੀ? ਹਾਂਜੀ ਦੋਸਤੋ, ਬੰਤੇ ਦੇ ਪਿਓ ਸਿਰ ਕਰਜ਼ਾ ਸੀਗਾ ਜਿਸ ਨੂੰ ਕਿ ਉਹ ਉਤਾਰ ਨਾ ਸਕਿਆ, ਅਤੇ ਇਸ ਫਿਕਰ ਵਿੱਚ 2 ਸਾਲ ਘੁਲਦਾ ਰਿਹਾ ਅਤੇ ਉਸ ਦੀ ਮੌਤ ਹੋ ਗਈ ਸੀ। ਬੰਤਾ ਖੇਤ ਮਜ਼ਦੂਰ ਤੋਂ ਰਿਕਸ਼ਾ ਕਿਵੇਂ ਚਾਲਕ ਬਣਿਆ? ਠੀਕ ਹੈ, ਪਹਿਲਾਂ ਬੰਤੇ ਨੇ ਸਰਦਾਰਾਂ ਦੇ ਮੁੰਡੇ ਨਾਲ ਝਗੜੇ ਕਰਕੇ ਪਿੰਡ ਛੱਡਿਆ, ਸ਼ਹਿਰ ਆ ਕੇ ਅਤੇ ਦਫ਼ਤਰ ਵਿੱਚ ਚਪੜਾਸੀ ਲੱਗ ਗਿਆ, ਅਤੇ ਉਹ ਸਾਹਿਬ ਦੇ ਘਰ ਦੇ ਕੰਮ ਵੀ ਕਰਦਾ। ਪਰ ਇੱਕ ਦਿਨ ਸਾਹਿਬ ਦੀ ਪਤਨੀ ਨੇ ਘਰ ਦੇ ਕੱਪੜੇ ਧੋਣ ਲਈ ਕਿਹਾ, ਤਾਂ ਫਿਰ ਉਸਨੇ ਇਨਕਾਰ ਕਰ ਦਿੱਤਾ ਸੀਗਾ। ਤਾਂ ਕਰਕੇ ਰਿਕਸ਼ੇ ਵਾਲਾ ਮੀਤੇ ਦੀ ਦੁਕਾਨ ਤੋਂ ਹੀ ਆਪਣੇ ਰਿਕਸ਼ੇ ਵਿੱਚ ਹਵਾ ਕਿਉਂ ਭਰਨੀ ਚਾਹੁੰਦਾ ਸੀ? ਹਾਂਜੀ ਦੋਸਤੋ, ਰਿਕਸ਼ੇ ਵਾਲਾ ਮੀਤੇ ਦੀ ਦੁਕਾਨ ਤੋਂ ਆਪਣੇ ਰਿਕਸ਼ੇ ਵਿੱਚ ਹਵਾ ਭਰਨੀ ਚਾਹੁੰਦਾ ਸੀ ਕਿਉਂਕਿ ਉਸ ਨੂੰ ਚੰਗਾ ਆਦਮੀ ਸਮਝਦਾ ਸੀਗਾ, ਜੋ ਉਧਾਰ ਵੀ ਕਰ ਲੈਂਦਾ ਸੀ ਅਤੇ ਕੰਮ ਵੀ ਠੀਕ ਕਰਦਾ ਸੀ। ਉਹ ਕਈ ਵਾਰ ਛੋਟਾ ਮੋਟਾ ਕੰਮ ਕਰਨ ਦੇ ਪੈਸੇ ਵੀ ਨਹੀਂ ਲੈਂਦਾ ਸੀ। ਅਗਲਾ ਕੁਸ਼ਚਨ ਹੈ 4 ਮਤਲਬ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਬੰਤੇ ਦੇ ਕੀ ਵਿਚਾਰ ਹਨ? ਜਲ੍ਹਿਆਂਵਾਲੇ ਬਾਗ ਵੱਲ ਜਾਂਦਿਆਂ ਬੰਤੇ ਦੇ ਮਨ ਵਿੱਚ ਵਿਚਾਰ ਆਉਂਦੇ ਹਨ ਕਿ ਅੱਜ ਤੋਂ 50 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼ ਭਗਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਸਨ, ਉਸ ਨੂੰ ਬਾਗ ਵਿਚਲੇ ਖੂਹ ਵਿੱਚ ਡਿੱਗ ਕੇ ਸ਼ਹੀਦ ਹੋਣ ਵਾਲਿਆਂ ਦੀ ਅਤੇ ਕੰਧਾਂ 'ਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਦੀ ਯਾਦ ਵੀ ਆਉਂਦੀ ਹੈ। ਇਸ ਤਰ੍ਹਾਂ ਦੋਸਤੋ ਇੰਪੋਰਟੈਂਟ ਕੁਸ਼ਚਨ ਵਾਲਾ ਤੁਹਾਡਾ ਇੱਕ ਸੈਂਪਲ ਪੇਪਰ ਦਾ ਕੰਪਲੀਟ ਹੋ ਗਿਆ। ਜੇਕਰ ਤੁਹਾਨੂੰ ਇਹਦਾ ਪਾਰਟ 2 ਚਾਹੀਦਾ ਤਾਂ ਫਿਰ ਕਮੈਂਟ ਕਰ ਦਿਓ। ਜੇ ਤੁਹਾਡੇ ਵੱਧ ਕਮੈਂਟ ਹੋਏ ਤਾਂ ਆਪਾਂ ਤੁਹਾਡੇ ਲਈ ਪਾਰਟ 2 ਵੀ ਲੈ ਕੇ ਆਵਾਂਗੇ ਇੰਪੋਰਟੈਂਟ ਕੁਸ਼ਚਨਾਂ ਵਾਲਾ। ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ, ਤਾਂ ਕਿ ਸਾਰਿਆਂ ਨੂੰ ਵਧੀਆ ਰਿਵੀਜ਼ਨ ਹੋ ਜਾਵੇ ਪੇਪਰ ਦੀ। ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ, ਚੈਨਲ 'ਤੇ ਨਵੇਂ ਚੈਨਲ ਕਰ ਲਓ ਜਲਦੀ ਸਬਸਕ੍ਰਾਈਬ, ਬੈਲ ਆਈਕਨ ਨੂੰ ਆਲ ਨੋਟੀਫਿਕੇਸ਼ਨ ਸੈੱਟ ਕਰ ਲਿਓ, ਤਾਂ ਕਿ ਜਦ ਵੀ ਆਪਾਂ ਤੁਹਾਡੇ ਅੱਗੇ ਪੇਪਰ ਰਿਵੀਜ਼ਨ ਦੀ ਵੀਡੀਓਸ ਪਾਈਏ ਉਸਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੱਕ ਪਹੁੰਚ ਜਾਵੇ। ਬਾਕੀ ਵਟਸਅਪ ਅਤੇ ਟੈਲੀਗ੍ਰਾਮ 'ਤੇ ਜੁਆਇਨ ਕਰ ਲਿਓ, ਲਿੰਕ ਡਿਸਕ੍ਰਿਪਸ਼ਨ 'ਚ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ। ਧੰਨਵਾਦ, ਜਲਦੀ ਮਿਲਦੇ ਨੈਕਸਟ ਵੀਡੀਓ ਵਿੱਚ।